ਇਸ ਸ਼ਹਿਰ ਦੇ ਵਿੱਚ ਉਹ ਹੁੱਲੜਬਾਜੀ ਕਰੀ ਉਹ ਹੂਕਾ ਰੌਲਾ ਪਾਇਆ ਇਹਨਾਂ ਨੇ ਤੁਸੀਂ ਉਹ ਆਨਲਾਈਨ ਇਹਨਾਂ ਦੇ ਪੇਜ ਤੇ ਦੇਖ ਸਕਦੇ ਹੋ ਕਿ ਇਸ ਤਰੀਕੇ ਨਾਲ ਵੋਟਾਂ ਪੈਂਦੀਆਂ ਹੁੰਦੀਆਂ ਨੇ ਵੀ ਵਿਸ਼ੇ ਦੇ ਉੱਪਰ ਮੇਰੇ ਨਾਲ ਡਿਬੇਟ ਕਰਨ ਓਪਨ ਲਈ ਭਜਦੇ ਕਿਉਂ ਨੇ ਡਿਬੇਟ ਤੋਂ ਮੇਰੇ ਨਾਲ ਐਜੂਕੇਸ਼ਨ ਤੇ ਡਿਬੇਟ ਕਰਦੇ ਮੈਂ ਇਹਨਾਂ ਨਾਲ ਇਹਨਾਂ ਵਾਂਗੂ ਯਾਨੀ ਕਿ ਕੋਈ ਕਾਗਜੀ ਹਵਾਈ ਗੱਲਾਂ ਨਹੀਂ ਕਰਦਾ ਤੇ ਮੈਨੂੰ ਇਹ ਦੱਸਣ ਵੀ ਜਿਹੜਾ ਸਾਡੇ ਖੇਤਾਂ 'ਚੋਂ ਨਿਕਲਦਾ ਧੂਆਂ ਜੇ ਅਸੀਂ ਖਰਚਿਆਂ ਨੂੰ ਲਾ ਦਿੰਨੇ ਆ ਤਾਂ ਕੇਜਰੀਵਾਲ ਦੀ ਅੱਖਾਂ 'ਚ ਕਿਉਂ ਪੈਂਦਾ ਉੱਥੇ ਬੈਠੇ ਤੇ ਧੂਆਂ ਪੈ ਜਾਂਦਾ ਇਹਦੇ ਅੱਖਾਂ 'ਚ ਬਾਈ ਜੀ ਧੂਰੀ 'ਚ ਇਹਨਾਂ ਨੂੰ ਐਂਟਰੀ ਕਰਨ ਦੀ ਜਗ੍ਹਾ ਹੈ ਨਹੀਂ ਕਿਸੇ ਦੇ ਪਾਸ ਇਹਨਾਂ ਨੂੰ ਰਾਹ ਨਹੀਂ ਮਿਲ ਰਿਹਾ ਕੱਲ ਬੜਾ ਜ਼ੋਰ ਲਾਇਆ ਇਹਨਾਂ ਨੇ ਹਰੇਕ ਬੰਦੇ ਨੂੰ ਟੈਲੀਫੋਨ ਕਰ ਕਰਕੇ ਹੰਬਗੇ ਫੇਰ ਵੀ ਇਹਨਾਂ ਤੋਂ ਯਾਨੀ ਕਿ 2-3 100 ਹੀ ਬੰਦਾ ਇਕੱਠਾ ਹੋਇਆ ਉਹਦਾ ਆਪ ਹੀ ਫੇਰ ਸ਼ਿਕਾਇਤਾਂ ਸ਼ਿਕੁਤਾਂ ਕਰਾ ਕੇ ਉਹ ਕਰ ਲਿਆ ਅ ਕਿਸੇ ਨੇ ਸ਼ਿਕਾਇਤ ਨਹੀਂ ਕੀਤੀ ਇਹਨਾਂ ਦੇ ਵਿਰੁੱਧ ਕੋਈ ਇਹ ਜੀ ਤੇ ਸ਼ਹਿਰ ਦੇ ਵਿੱਚ ਉਹ ਹੁੱਲੜਬਾਜੀ ਕਰੀ ਉਹ ਹੂਕਾਂ ਰੋਲਾ ਪਾਇਆ ਇਹਨਾਂ ਨੇ ਤੁਸੀਂ ਉਹ ਆਨਲਾਈਨ ਇਹਨਾਂ ਦੇ ਪੇਜ ਤੇ ਦੇਖ ਸਕਦੇ ਹੋ ਕਿ ਇਸ ਤਰੀਕੇ ਨਾਲ ਵੋਟਾਂ ਪੈਂਦੀਆਂ ਹੁੰਦੀਆਂ ਨੇ 2014 ਦੇ ਵਿੱਚ ਤੇ 2019 ਦੇ ਵਿੱਚ ਇਹ ਪਾਰਟੀ ਨੇ ਐਵੇਂ ਨਹੀਂ ਸਮਝਿਆ ਕਿ ਅਸੀਂ ਪਿੰਡਾਂ 'ਚ ਜਾ ਕੇ ਵੋਟਾਂ ਮੰਗ ਲਈਏ ਸਿਰਫ 10 ਪਿੰਡਾਂ 'ਚ ਜਾ ਕੇ ਸਾਸਰੀਕਲ ਸੜਕ ਤੋਂ ਹੀ ਬੁਲਾ ਕੇ ਆ ਗਏ ਕੱਲ ਵੀ ਇਹਨਾਂ ਦਾ ਉਹੀ ਰੁਟੀਨ ਰਹਾ ਇੱਕ ਗੱਡੀ 'ਚ ਖੜੇ ਦੂਰੋਂ ਸਾਸਰੀਕਲ ਕਰਤੀ ਸਾਰਿਆਂ ਨੂੰ ਮੈਨੂੰ ਐਂ ਦੱਸੋ ਵੀ 8 ਸਾਲਾਂ 'ਚ ਯਾਰ ਤੁਸੀਂ ਨੇ ਕਰਿਆ ਕੀ ਆ ਮੈਂ ਸੰਗਰੂਰ ਖੜਾ ਮੈਂ ਕੱਲੇ ਧੂਰੀ ਦੀ ਗੱਲ ਨਹੀਂ ਕਰਦਾ ਇਹਦੇ ਅੰਡਰ 9 ਵਿਧਾਨ ਸਭਾ ਹਲਕੇ ਪੈਂਦੇ ਨੇ 9 ਦੇ 9 'ਚ ਮੇਰਾ ਚੈਲੰਜ ਆ ਕਿ ਇਹ ਕੋਈ ਵੀ 5 ਕੰਮ ਇਹੋ ਜੇ ਗਣਵਾ ਦੇਵੇ ਜਿਹੜਾ ਇਹਨਾਂ ਨੇ ਕਿਹਾ ਮੈਂ ਕੋਰਟ 'ਚ ਖੜਾ ਮਾਨਿਓ ਕੋਰਟ 'ਚ ਪ੍ਰਧਾਨ ਜੀ ਉਰੀ ਨਾਲ ਖੜੇ ਨੇ ਇਹਨਾਂ ਨੂੰ ਵੀ 5 ਲੱਖ ਰੁਪਏ ਦਾ ਕਹਿ ਕੇ ਵੀ ਮੈਂ ਤੁਹਾਡੇ ਇੱਥੇ 5 ਲੱਖ ਰੁਪਏ ਦਊਂਗਾ ਬਾਰ ਕਾਉਂਸਲ ਨੂੰ ਪਰ ਕੋਈ ਪੈਸਾ ਅਜੇ ਤੱਕ ਨਹੀਂ ਆਇਆ ਇਹੀ ਸੇਮ ਇਨਸੀਡੈਂਟ ਸੁਨਾਮ ਦੇ ਵਿੱਚ ਹੋਇਆ ਇਹੀ ਸੇਮ ਇਨਸੀਡੈਂਟ ਜਿਹੜੀਆਂ ਪੰਚਾਇਤਾਂ ਸਰਬਸੰਮਤੀ ਨਾਲ ਚੁਣੀਆਂ ਗਈਆਂ ਸੀ ਉਹਨਾਂ ਤੇ ਹੋਇਆ ਇਹ ਮੈਨੂੰ ਇੱਕ ਵੀ ਵਿਸ਼ੇ ਦੇ ਉੱਪਰ ਮੇਰੇ ਨਾਲ ਡਿਬੇਟ ਕਰਨ ਓਪਨਲੀ ਭਜਦੇ ਕਿਉਂ ਨੇ ਡਿਬੇਟ ਤੋਂ ਮੇਰੇ ਨਾਲ ਐਜੂਕੇਸ਼ਨ ਤੇ ਡਿਬੇਟ ਕਰਨ ਇਹ ਮੇਰੇ ਨਾਲ ਸਪੋਰਟਸ ਤੇ ਡਿਬੇਟ ਕਰਨ ਮੇਰੇ ਨਾਲ ਸੜਕਾਂ ਤੇ ਡਿਬੇਟ ਕਰਨ ਵਾਸਤੇ ਜਿਹੜੀ ਮੇਰੀ ਲੜਾਈ ਲੜੀ ਆ ਉਹਦੇ ਵਾਸਤੇ ਡਿਬੇਟ ਕਰਨ ਆਹ ਬਾਰ ਕਾਉਂਸਲ ਪਿੱਛੇ ਇਹ ਡਿਬੇਟ ਕਰ ਲੈਣ ਇਹਨਾਂ ਕੋਲੇ ਕੋਈ ਗੱਲ ਹੈ ਹੀ ਨਹੀਂ ਤੇ ਮੈਂ ਤੁਹਾਡੇ ਮਾਧਿਅਮ ਰਾਹੀਂ ਸਿਰਫ ਇਹ ਨਹੀਂ ਹੈਗਾ ਵੀ ਇਹ ਐ ਜੀ ਮਿਲ ਰਿਹਾ ਉਹਨੂੰ ਵੀ ਉਹ ਐਜ਼ ਅ ਸੀਐਮ ਚਿਹਰਾ ਸੀਐਮ ਤਾਂ ਉਦੋਂ ਬਣੂਗਾ ਨਾ ਜਦੋਂ ਉਹਦੀਆਂ ਬਾਕੀ ਸੀਟਾਂ ਜਿੱਤੀਆਂ ਤਾਂ ਹੀ ਬਣੂਗਾ ਨਾ ਤੇ ਜਿੰਨੇ ਮੇਰੇ ਨਾਲ ਇੰਨੇ ਭਰਾ ਖੜੇ ਨੇ ਇਸੇ ਕਰਕੇ ਖੜੇ ਨੇ ਕਿਉਂਕਿ ਮੈਂ ਬਿਲਕੁਲ ਜ਼ਮੀਨੀ ਹਕੀਕਤ ਨਾਲ ਜੁੜ ਕੇ ਲੋਕਾਂ ਦੇ ਦੁੱਖ ਸੁੱਖ ਚ ਕੰਮ ਆਇਆ ਹੋਇਆ ਤੇ ਮੈਂ ਇਹਨਾਂ ਇਹਨਾਂ ਮੰਗੂ ਯਾਨੀ ਕਿ ਕੋਈ ਕਾਗਜੀ ਹਵਾਈ ਗੱਲਾਂ ਨਹੀਂ ਕਰਦਾ ਤੇ ਮੈਨੂੰ ਇਹ ਦੱਸਣ ਵੀ ਜਿਹੜਾ ਸਾਡੇ ਖੇਤਾਂ ਚੋਂ ਨਿਕਲਦਾ ਧੂਆਂ ਜੇ ਅਸੀਂ ਖਰਚਿਆਂ ਨੂੰ ਲਾ ਦਿੰਨੇ ਆ ਤਾਂ ਉਹ ਕੇਜਰੀਵਾਲ ਦੀ ਅੱਖਾਂ 'ਚ ਕਿਉਂ ਪੈਂਦਾ ਉੱਥੇ ਬੈਠੇ ਤੇ ਧੂਆਂ ਪੈ ਜਾਂਦਾ ਇਹਦੇ ਅੱਖਾਂ 'ਚ ਜਿਹੜਿਆ ਤਿੰਨ ਕਾਲੇ ਕਾਨੂੰਨ ਸੀਗੇ ਜਦੋਂ ਦਿੱਲੀ ਦੀਆਂ ਬਰੂਹਾਂ ਤੇ ਸਾਰੇ ਕਿਸਾਨ ਬੈਠੇ ਸੀ ਉਦੋਂ ਇਹਨਾਂ ਨੇ ਉਹ ਕਾਨੂੰਨ ਨੋਟੀਫਾਈ ਕਿਉਂ ਕਰਿਆ ਤੁਸੀਂ ਇਹ ਦੇਖੋ ਅੱਜ ਉਹ ਉਹੀ ਪੰਜਾਬ ਦੀਆਂ ਵੋਟਾਂ ਮੰਗ ਰਹੇ ਨੇ ਸੋ ਜਿਹੜਾ ਇਹਨਾਂ ਦਾ ਮਕਸਦ ਆ ਉਹ ਮਕਸਦ ਬਿਲਕੁਲ ਕਲੀਅਰ ਹੋ ਚੁੱਕਿਆ ਤੇ ਅੱਜ ਦੇ ਟਾਈਮ ਦੇ ਵਿੱਚ ਤੁਸੀਂ ਇਹਨਾਂ ਦੇ ਹਾਲਾਤ ਦੇਖ ਲਓ ਵੀ ਕੀ ਨੇ ਕੱਲ ਜਿਹੜੀ ਉਹਦੀ ਭਾਸ਼ਾ ਸੀਗੀ ਉਹ ਇੱਕ ਸੀਐਮ ਲੈਵਲ ਦੇ ਕੈਂਡੀਡੇਟ ਦੀ ਭਾਸ਼ਾ ਹੁੰਦੀ ਆ ਸੋ ਇਹ ਜਿਹੜੀਆਂ ਗੱਲਾਂ ਨੇ ਤੇ ਗੁਰੂ ਮਹਾਰਾਜ ਦਾ ਸਾਡੇ ਤੇ ਓਟ ਆਸਰਾ ਆ ਭਰਾ ਖੜੇ ਨੇ ਸਾਰੇ ਸਾਰਿਆਂ ਦਾ ਬਹੁਤ ਵਧੀਆ ਆਸ਼ੀਰਵਾਦ ਆ ਤੇ ਐਤਕੀ ਜਿਹੜਾ ਇਹਨਾਂ ਦੀ ਇੱਕ ਓਲਾ ਜਿਹਾ ਹੁੰਦਾ ਸੀਗਾ ਜਿਹੜਾ ਇਹ ਰੱਖਦੇ ਸੀਗੇ ਉਹ ਸਾਹਮਣੇ ਆ ਚੁੱਕਿਆ ਜੀ ਸਾਰਿਆਂ ਦੇ